ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਅਮਰਜੀਤ ਸਿੰਘ, ਵਲੰਟੀਅਰ ਏਕਨੂਰ ਸੇਵਾ ਕੇਂਦਰ। ਬਹੁਤ ਵਧੀਆ ਬਾਰਿਸ਼ ਹੋ ਰਹੀ ਹੈ ਅੱਜ ਲੁਧਿਆਣੇ ਸ਼ਹਿਰ 'ਚ, ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਵੀ ਜਿਹੜਾ ਅਸੀਂ ਪਾਣੀ ਰੋਜ਼ ਕੱਢਦੇ ਤਾਂ ਰਹਿੰਦੇ ਹਾਂ ਸਬਮਰਸੀਬਲ ਪੰਪ 'ਚੋਂ, ਪਰ ਸੱਚੇ ਪਾਤਸ਼ਾਹ ਨੇ ਸਮਤ ਬਖਸ਼ੀ ਅਤੇ ਪਾਣੀ ਵਾਪਸ ਵੀ ਜਾ ਸਕਦਾ ਜਿਹੜਾ ਬਰਸਾਤ ਦਾ ਪਾਣੀ। ਅੱਜ ਬਾਰਿਸ਼ ਹੋ ਰਹੀ ਹੈ, ਤੁਹਾਨੂੰ ਦਿਖਾਉਂਦਾ। ਇਹ ਬੋਰ ਦੇ ਰਾਹੀਂ ਜਿਹੜਾ ਸ਼ੈੱਡ ਪਾਇਆ ਸੀ, ਇਹ ਸ਼ੈੱਡ ਦਾ ਜਿਹੜਾ ਪਾਣੀ ਹੈ ਇਕੱਠਾ ਕਰਕੇ ਅਤੇ ਪਾਇਆ ਗਿਆ। ਇਹਦਾ ਤਰੀਕਾ ਕੀ ਹੈ, ਤਰੀਕਾ ਆਪ ਜੀ ਨੂੰ ਦੱਸ ਰਿਹਾ। ਆਹ ਸ਼ੈੱਡ ਪਾਇਆ, ਸ਼ੈੱਡ ਦਾ ਜਿਹੜਾ ਪਰਨਾਲਾ ਹੈ ਨਾ ਜੀ, ਪਰਨਾਲੇ ਦਾ ਜਿਹੜਾ ਪਾਣੀ ਹੈ ਉਹ ਪਾਈਪਾਂ ਦੇ ਰਾਹੀਂ ਲੈ ਕੇ ਪਹਿਲਾਂ ਇੱਥੇ ਪਾਇਆ ਜਾਂਦਾ ਹੈ। ਆਪ ਜੀ ਦੇਖ ਸਕਦੇ ਹੋ ਬਹੁਤ ਸਪੀਡ ਦੇ ਨਾਲ ਸ਼ੈੱਡ ਦਾ ਪਾਣੀ ਆ ਰਿਹਾ, ਬਹੁਤ ਸਪੀਡ ਦੇ ਨਾਲ ਸ਼ੈੱਡ ਦਾ ਪਾਣੀ ਅੱਜ ਲੁਧਿਆਣੇ ਸ਼ਹਿਰ ਦੇ ਵਿੱਚ। ਜਿਵੇਂ ਕਿ ਆਪ ਜੀ ਸਾਰੇ ਦੇਖ ਰਹੇ ਹੋ ਬਾਰਿਸ਼ ਹੋ ਰਹੀ ਹੈ, ਸ਼ੈੱਡ ਦਾ ਪਾਣੀ ਪੂਰੀ ਸਪੀਡ ਦੇ ਨਾਲ ਆਇਆ। ਪਹਿਲਾਂ ਇਸ ਪਾਣੀ ਨੂੰ ਆ ਇੱਕ ਛੋਟਾ ਜਿਹਾ ਟੈਂਕ ਬਣਾ ਕੇ ਜਿਹਦੇ 'ਚ ਕਿ ਸਾਰਾ ਪਾਣੀ ਇਕੱਠਾ ਹੋਇਆ ਜੀ। ਪਾਣੀ ਇਕੱਠਾ ਹੋਣ ਤੋਂ ਬਾਅਦ ਜਿਹੜਾ ਸ਼ੈੱਡ ਦਾ ਪਰਨਾਲਿਆਂ ਦਾ ਪਾਣੀ ਹੈ ਵੇਸਟ ਨਾ ਜਾਵੇ, ਇਕੱਠਾ ਕਰਕੇ ਉਹਨੂੰ ਜ਼ਮੀਨ ਦੇ ਅੰਦਰੋਂ ਇੱਥੇ ਪਾਈਪ ਜਾ ਰਹੀ ਹੈ ਜੀ। ਪਾਈਪ ਜਾ ਕੇ ਇੱਕ ਇੱਥੇ ਇੱਕ ਹੋਰ ਛੋਟੀ ਜਿਹੀ ਹੌਦੀ ਬਣਾਈ ਤਾਂ ਕਿ ਕੋਈ ਗਾਰਾ, ਕੋਈ ਜਾਨਵਰ ਕੁਛ ਹੋਵੇ ਤਾਂ ਉਹ ਇਸ ਹੌਦੀ 'ਚ ਆ ਜਾਵੇ। ਪਰ ਉਸ ਤੋਂ ਬਾਅਦ ਜਦੋਂ ਹੌਦੀ ਤੋਂ ਬਾਅਦ ਫਾਈਨਲ ਜਿਹੜਾ ਟੈਂਕ ਬਣਿਆ, ਮੈਂ ਆਪ ਜੀ ਨੂੰ ਦਿਖਾਉਂਦਾ। ਆਹ ਟੈਂਕ ਹੈ, ਇਹਦੇ 'ਚ ਪਾਣੀ ਦੇਖੋ ਕਿੰਨੀ ਸਪੀਡ ਦੇ ਨਾਲ ਬੋਰ ਦੇ ਰਾਹੀਂ ਜ਼ਮੀਨ ਦੇ ਅੰਦਰ ਜਾ ਰਿਹਾ। ਆਪ ਜੀ ਦੇਖੋ ਇਹ ਦੇਖੋ ਕਿੰਨੀ ਸਪੀਡ ਦੇ ਨਾਲ ਪਾਣੀ ਜਾ ਰਿਹਾ। ਅਸੀਂ ਰੋਜ਼ ਪਾਣੀ ਕੱਢਦੇ ਹਾਂ, ਸਬਮਰਸੀਬਲ ਅਤੇ ਸਬਮਰਸੀਬਲ ਲਗਾਈ ਜਾਂਦੇ ਹਾਂ, ਪਰ ਇਹ ਪਾਣੀ ਜ਼ਮੀਨ ਦੇ ਵਿੱਚ ਦੁਬਾਰਾ ਪਾਇਆ ਜਾ ਰਿਹਾ। ਜਿਹੜਾ ਬਰਸਾਤ ਦਾ ਪਾਣੀ ਹੈ ਇਸ ਨੂੰ ਦੁਬਾਰਾ ਜ਼ਮੀਨ ਦੇ ਵਿੱਚ ਪਾਇਆ ਜਾ ਰਿਹਾ ਇਸ ਤਰੀਕੇ ਦੇ ਨਾਲ। ਇਹ ਸ਼ੈੱਡ ਦਾ ਪਾਣੀ ਜਿਹੜਾ ਹੈ, ਇਹ ਸ਼ੈੱਡ ਦਾ ਪਾਣੀ ਸਾਰਾ ਵਾਪਸ ਬਾਰਿਸ਼ ਦਾ ਪਾਣੀ ਪਾਇਆ ਜਾ ਰਿਹਾ ਹੈ। ਇਹ ਦੇਖੋ ਸਪੀਡ ਦੇ ਨਾਲ ਹਜ਼ਾਰਾਂ ਲੀਟਰ ਪਾਣੀ ਜਿਹੜਾ ਕਿ ਸੇਵ ਹੋ ਕੇ, ਬਰਸਾਤ ਦਾ ਪਾਣੀ ਜਿਹੜਾ ਕਿ ਪਾਣੀ ਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਹੈ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉਸ ਪਾਣੀ ਨੂੰ ਬਚਾਉਣ ਦੀ ਇੱਕ ਸਿੰਪਲ ਜਿਹੀ ਕੋਸ਼ਿਸ਼ ਹੈ ਜੀ। ਪਾਣੀ ਨੂੰ ਬਚਾਉਣ ਦੀ ਇੱਕ ਸਿੰਪਲ ਜਿਹੀ ਕੋਸ਼ਿਸ਼, ਬੇਨਤੀ ਹੈ ਜਿਹੜੀਆਂ ਵੀ ਨਵੇਂ ਘਰ ਬਣ ਰਹੇ ਨੇ, ਜਿਹੜਾ ਵੀ ਇਹਨੂੰ ਹੀ ਰੇਨ ਹਾਰਵੈਸਟਿੰਗ ਕਹਿੰਦੇ ਨੇ, ਵੀ ਜਿਹੜੀ ਰੇਨ ਹੋ ਰਹੀ, ਜਿਹੜੀ ਬਾਰਿਸ਼ ਹੋ ਰਹੀ ਹੈ, ਇਹ ਬਾਰਿਸ਼ ਦਾ ਪਾਣੀ ਸੇਵ ਕੀਤਾ ਜਾ ਸਕੇ ਅਤੇ ਉਸ ਨੂੰ ਇਸ ਟੈਂਕ ਦੇ ਰਾਹੀਂ, ਆਪ ਜੀ ਦੇਖ ਰਹੇ ਹੋ ਪਰਨਾਲਿਆਂ ਦੇ ਰਾਹੀਂ ਪਾਣੀ ਨੂੰ ਪਾਈਪਾਂ ਰਾਹੀਂ ਲੈ ਕੇ ਆ ਕੇ ਮੇਨ ਟੈਂਕ ਬਣਾ ਕੇ ਉਹਦੇ 'ਚ ਸਬਮਰਸੀਬਲ ਦੇ ਰਾਹੀਂ ਇਸ ਪਾਣੀ ਨੂੰ ਪਾ ਕੇ ਅਤੇ ਵਾਪਸ ਥੱਲੇ ਜ਼ਮੀਨ ਦੇ 'ਚ ਪਾਇਆ ਜਾ ਰਿਹਾ।